ਉਹ ਪੁਲਿਸ ਨੂੰ ਇਨਫੋਰਮੇਸ਼ਨ ਦੇ ਆਧਾਰ 'ਤੇ ਵੀ ਕੋਈ ਇਮੋਰਲ ਐਕਟੀਵਿਟੀਜ਼ ਸਪਾ ਦੇ ਨਾਂ 'ਤੇ ਉੱਥੇ ਚੱਲਦੀਆਂ ਨੇ। ਸਾਡੇ SHO ਸਾਹਿਬ ਨੇ ਉੱਥੇ ਜਾ ਕੇ ਮੌਕੇ 'ਤੇ ਰੇਡ ਕੀਤੀ ਸੀ। ਉਹ ਰੇਡ ਕਰਨ 'ਤੇ ਕੀ ਹੋਇਆ, ਜਿਹੜਾ ਹੋਟਲ ਦਾ ਮੈਨੇਜਰ ਸੀ ਉਹਨੇ ਉਸ ਲੜਕੀਆਂ ਨੂੰ ਉਹਦੀ ਟੌਪ ਮੰਜ਼ਿਲ ਛੱਤ 'ਤੇ ਚਾੜ੍ਹਤਾ, ਛੱਤ 'ਤੇ ਚਾੜ੍ਹ ਕੇ ਉਹਨਾਂ ਨੂੰ ਜਿੰਦਾ ਲਾਤਾ, ਥੱਲਿਓਂ ਜਿੰਦਾ ਲਾਤਾ ਉੱਤੇ ਬਿਠਾ ਦੀਆਂ। ਜਦੋਂ ਪੁਲਿਸ ਨੇ ਉਹਨਾਂ ਨੂੰ ਨਾਲ ਮੈਨੇਜਰ ਨੂੰ ਨਾਲ ਲੈ ਕੇ ਦੱਸਿਆ ਵੀ ਦੱਸ ਕਿੱਥੇ ਆ, ਤਾਂ ਉਹ ਦੋ ਲੜਕੀਆਂ ਨੇ ਜਿਹੜੀਆਂ ਉਹਨਾਂ ਦਾ ਪੈਰ ਫਿਸਲ ਗਿਆ ਜਾਂ ਉਹਨਾਂ ਨੇ ਜਲਦਬਾਜ਼ੀ 'ਚ ਇੱਧਰ ਉੱਧਰ ਹੋਣ ਕਰਕੇ ਉਸ ਛੱਤ ਤੋਂ ਜਿਹੜੀਆਂ ਡਿੱਗ ਪਈਆਂ ਨੇ, ਜਿਹੜੀਆਂ ਕਿ ਗਵਾਂਢੀ ਦੀ ਕੋਈ ਨਾਲ 2 ਮੰਜ਼ਲੀ ਬਿਲਡਿੰਗ ਸੀ ਉਹਦੇ ਡਿੱਗ ਪਏ ਸੀ, ਉਹਦੇ ਕਰਕੇ ਉਹਨੂੰ ਸੱਟਾਂ ਲੱਗੀਆਂ। ਉਸ ਤਹਿਤ ਅਸੀਂ ਹੋਟਲ ਦਾ ਜਿਹੜੇ ਮਾਲਕ ਸੀ, ਹੋਟਲ ਦਾ ਮੈਨੇਜਰ ਸੀ, ਉਹਨਾਂ 'ਤੇ ਮੁਕੱਦਮਾ ਦਰਜ ਕਰਕੇ ਇਕੱਲਾ ਇਮੋਰਲ ਟ੍ਰੈਫਿਕ ਐਕਟ ਦਾ ਨਹੀਂ ਬਲਕਿ ਉਹਨੂੰ ਅਟੈਂਪਟ ਟੂ ਹੋਮਿਸਾਈਡ, ਉਸ ਦਾ ਇੱਕ ਉਹ ਲੜਕੀਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦਾ ਮੁਕੱਦਮਾ ਵੀ ਉਹਨਾਂ 'ਤੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹ ਲੜਕੀਆਂ ਨੂੰ ਅਸੀਂ ਇਲਾਜ ਲਈ ਅਸੀਂ ਹੋਸਪਿਟਲ ਪਹੁੰਚੇ। 3 ਲੜਕੀਆਂ ਹੋਰ ਮਿਲੀਆਂ ਨੇ ਜਿਹੜੀਆਂ ਕਿ ਇਹ ਫੋਰਨ ਨੈਸ਼ਨਲ ਦੀਆਂ ਨੇ, ਥਾਈਲੈਂਡ ਦੀਆਂ ਲੜਕੀਆਂ ਨੇ। ਇਹ ਦੋਨੇ ਵੀ ਥਾਈਲੈਂਡ ਦੀਆਂ ਲੜਕੀਆਂ ਸੀ, ਇਹਨਾਂ ਕੋਲ ਆਪਣਾ ਕੋਈ ਇੱਦਾਂ ਦਾ ਉਹਨੇ ਪਤਾ ਵੀ ਉਹ ਗਲਤ ਕੰਮ ਕਰਦੇ ਨੇ, ਜਾਣ ਕੇ ਉੱਤੇ ਲੋਕ ਲਵਾ ਕੇ ਉੱਤੇ ਬਿਠਾ ਤਾ ਅਤੇ ਉਹ ਤੋਂ ਅਚਾਨਕ ਜਿਹੜੀਆਂ ਲੜਕੀਆਂ ਉਹ ਆਪਣੇ ਆਪ ਹੀ ਪੈਰ ਤਿਲਕ ਗਿਆ ਜਾਂ ਉਹਨੇ ਛੱਡ ਦਿੱਤਾ। ਹਾਂਜੀ, ਅਤੇ ਜਿਹੜੀਆਂ 3 ਲੜਕੀਆਂ ਫੜੀਆਂ ਗਈਆਂ ਪਲੱਸ ਜਿਹੜੇ ਹੋਟਲ ਵਾਲੇ ਹੈਗੇ ਨੇ 4 ਬੰਦੇ, ਉਹਨਾਂ ਦੇ ਇਮੋਰਲ ਟ੍ਰੈਫਿਕ ਐਕਟ ਦਾ, ਪਲੱਸ ਉਹ ਜਿਹੜੀਆਂ 2 ਲੜਕੀਆਂ ਨੂੰ ਜਾਨ 'ਚ ਖਤਰੇ 'ਚ ਪਾ ਕੇ ਉਹਨਾਂ ਦੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਅਟੈਂਪਟ ਟੂ ਮਰਡਰ ਦਾ ਪਰਚਾ ਹੁੰਦਾ ਵਿਦਆਊਟ ਇੰਟੈਂਸ਼ਨ। 308 ਹੁੰਦਾ ਸੀ ਪੁਰਾਣਾ, ਉਹਦੇ ਤਹਿਤ ਆ ਜਿਹੜਾ ਹੁਣ ਨਵੀਂ VNS ਧਾਰਾ ਤਹਿਤ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਉਹ ਡਿਟੇਲ ਜੀ ਇਨਵੈਸਟੀਗੇਸ਼ਨ ਦੌਰਾਨ ਲਵਾਂਗੇ ਜੀ, ਐਜ਼ ਆਫ ਨਾਓ ਕਿਉਂਕਿ ਪਿਛਲੇ ਤੁਸੀਂ ਕਈ ਦਿਨਾਂ ਤੋਂ ਦੇਖਿਆ ਹੋਣਾ ਸਾਡੀ ਇਹ ਲਗਾਤਾਰ ਮੁਹਿੰਮ ਹੈਗੀ ਆ, ਜਿੱਥੇ ਵੀ ਸਾਨੂੰ ਕੋਈ ਕੰਕਰੀਟ ਇਨਫੋਰਮੇਸ਼ਨ ਮਿਲਦੀ ਆ ਉੱਥੇ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਹੁੰਦੀ ਆ ਅਸੀਂ ਉੱਥੇ ਪਹੁੰਚ ਕੇ ਕਰਦੇ ਹਾਂ। ਕੱਲ੍ਹ ਦੀ ਜਿਹੜੀ ਆ ਸਾਨੂੰ ਪਾਰਟੀਕੁਲਰ ਉਸੇ 'ਤੇ ਇਹ ਇਨਫੋਰਮੇਸ਼ਨ ਸੀ ਅਤੇ ਉਸੇ 'ਤੇ ਕੰਮ ਹੋਇਆ ਸੀ। ਉਸ ਇਨਵੈਸਟੀਗੇਸ਼ਨ ਦੌਰਾਨ ਸਾਰਾ ਦੇਖਾਂਗੇ ਜੀ, ਪਾਸਪੋਰਟ ਵਗੈਰਾ ਹਲੇ ਉਹ ਪੁਲਿਸ ਨੂੰ ਇਨਫੋਰਮੇਸ਼ਨ ਦੇ ਆਧਾਰ 'ਤੇ ਵੀ ਕੋਈ ਇਮੋਰਲ ਐਕਟੀਵਿਟੀਜ਼ ਸਪਾ ਦੇ ਨਾਂ 'ਤੇ ਉੱਥੇ ਚੱਲਦੀਆਂ ਨੇ। ਸਾਡੇ SHO ਸਾਹਿਬ ਨੇ ਉੱਥੇ ਜਾ ਕੇ ਮੌਕੇ 'ਤੇ ਰੇਡ ਕੀਤੀ ਸੀ। ਉਹ ਰੇਡ ਕਰਨ 'ਤੇ ਕੀ ਹੋਇਆ, ਜਿਹੜਾ ਹੋਟਲ ਦਾ ਮੈਨੇਜਰ ਸੀ ਉਹਨੇ ਉਸ ਲੜਕੀਆਂ ਨੂੰ ਉਹਦੀ ਟੌਪ ਮੰਜ਼ਿਲ ਛੱਤ 'ਤੇ ਚਾੜ੍ਹਤਾ, ਛੱਤ 'ਤੇ ਚਾੜ੍ਹ ਕੇ ਉਹਨੂੰ ਜਿੰਦਾ ਲਾਤਾ, ਥੱਲਿਓਂ ਜਿੰਦਾ ਲਾਤਾ ਉੱਤੇ ਬਿਠਾ ਦੀਆਂ। ਜਦੋਂ ਪੁਲਿਸ ਨੇ ਉਹਨਾਂ ਨੂੰ ਨਾਲ ਮੈਨੇਜਰ ਨੂੰ ਨਾਲ ਲੈ ਕੇ ਦੱਸਿਆ ਵੀ ਦੱਸ ਕਿੱਥੇ ਆ, ਤਾਂ ਉਹ 2 ਲੜਕੀਆਂ ਨੇ ਜਿਹੜੀਆਂ ਉਹਨਾਂ ਦਾ ਪੈਰ ਫਿਸਲ ਗਿਆ ਜਾਂ ਉਹਨਾਂ ਨੇ ਜਲਦਬਾਜ਼ੀ 'ਚ ਇੱਧਰ ਉੱਧਰ ਹੋਣ ਕਰਕੇ ਉਸ ਛੱਤ ਤੋਂ ਜਿਹੜੀਆਂ ਡਿੱਗ ਪਈਆਂ ਨੇ, ਜਿਹੜੀਆਂ ਕਿ ਗਵਾਂਢੀ ਦੀ ਕੋਈ ਨਾਲ 2 ਮੰਜ਼ਲੀ ਬਿਲਡਿੰਗ ਸੀ ਉਹਦੇ ਡਿੱਗ ਪਏ ਸੀ, ਉਹਦੇ ਕਰਕੇ ਉਹਨੂੰ ਸੱਟਾਂ ਲੱਗੀਆਂ। ਉਸ ਤਹਿਤ ਅਸੀਂ ਹੋਟਲ ਦਾ ਜਿਹੜੇ ਮਾਲਕ ਸੀ, ਹੋਟਲ ਦਾ ਮੈਨੇਜਰ ਸੀ, ਉਹਨਾਂ 'ਤੇ ਮੁਕੱਦਮਾ ਦਰਜ ਕਰਕੇ ਇਕੱਲਾ ਇਮੋਰਲ ਟ੍ਰੈਫਿਕ ਐਕਟ ਦਾ ਨਹੀਂ ਬਲਕਿ ਉਹਨੂੰ ਅਟੈਂਪਟ ਟੂ ਹੋਮਿਸਾਈਡ, ਉਸ ਦਾ ਇੱਕ ਉਹ ਲੜਕੀਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦਾ ਮੁਕੱਦਮਾ ਵੀ ਉਹਨਾਂ 'ਤੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹ ਲੜਕੀਆਂ ਨੂੰ ਅਸੀਂ ਇਲਾਜ ਲਈ ਅਸੀਂ ਹੋਸਪਿਟਲ ਪਹੁੰਚੇ। 3 ਲੜਕੀਆਂ ਹੋਰ ਮਿਲੀਆਂ ਨੇ ਜਿਹੜੀਆਂ ਕਿ ਇਹ ਫੋਰਨ ਨੈਸ਼ਨਲ ਦੀਆਂ ਨੇ, ਥਾਈਲੈਂਡ ਦੀਆਂ ਲੜਕੀਆਂ ਨੇ। ਇਹ ਦੋਨੇ ਵੀ ਥਾਈਲੈਂਡ ਦੀਆਂ ਲੜਕੀਆਂ ਸੀ, ਇਹਨਾਂ ਕੋਲ ਆਪਣਾ ਕੋਈ ਇੱਦਾਂ ਦਾ ਉਹਨੇ ਪਤਾ ਵੀ ਉਹ ਗਲਤ ਕੰਮ ਕਰਦੇ ਨੇ, ਜਾਣ ਕੇ ਉੱਤੇ ਲੋਕ ਲਵਾ ਕੇ ਉੱਤੇ ਬਿਠਾ ਤਾ ਅਤੇ ਉਤੋਂ ਅਚਾਨਕ ਜਿਹੜੀਆਂ ਲੜਕੀਆਂ ਉਹ ਆਪਣੇ ਆਪ ਹੀ ਪੈਰ ਤਿਲਕ ਗਿਆ ਜਾਂ ਉਹਨੇ ਛੱਡ ਦਿੱਤਾ। ਹਾਂਜੀ, ਅਤੇ ਜਿਹੜੀਆਂ 3 ਲੜਕੀਆਂ ਫੜੀਆਂ ਗਈਆਂ ਪਲੱਸ ਜਿਹੜੇ ਹੋਟਲ ਵਾਲੇ ਹੈਗੇ ਨੇ 4 ਬੰਦੇ, ਉਹਨਾਂ ਦੇ ਇਮੋਰਲ ਟ੍ਰੈਫਿਕ ਐਕਟ ਦਾ,
ਪਲੱਸ ਉਹ ਜਿਹੜੀਆਂ ਦੋ ਲੜਕੀਆਂ ਨੂੰ ਜਾਨ 'ਚ ਖਤਰੇ 'ਚ ਪਾ ਕੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਅਟੈਂਪ ਟੂ ਮਰਡਰ ਦਾ ਪਰਚਾ ਹੁੰਦਾ ਵਿਦਾਊਟ ਇੰਟੈਂਸ਼ਨ। 308 ਹੁੰਦਾ ਸੀ ਪੁਰਾਣਾ, ਉਹਦੇ ਤਹਿਤ ਆ ਜਿਹੜਾ ਹੁਣ ਨਵੀਂ BNS ਧਾਰਾ ਤਹਿਤ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਉਹ ਡਿਟੇਲ 'ਚ ਇਨਵੈਸਟੀਗੇਸ਼ਨ ਦੌਰਾਨ ਲਵਾਂਗੇ ਜੀ, ਐਜ਼ ਆਫ ਨਾਓ ਕਿਉਂਕਿ ਪਿਛਲੇ ਤੁਸੀਂ ਕਈ ਦਿਨਾਂ ਤੋਂ ਦੇਖਿਆ ਹੋਣਾ ਸਾਡੀ ਇਹ ਲਗਾਤਾਰ ਮੁਹਿੰਮ ਹੈਗੀ ਆ, ਜਿੱਥੇ ਵੀ ਸਾਨੂੰ ਕੋਈ ਕੰਕਰੀਟ ਇਨਫੋਰਮੇਸ਼ਨ ਮਿਲਦੀ ਆ ਉੱਥੇ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਹੁੰਦੀ ਆ ਅਸੀਂ ਉੱਥੇ ਪਹੁੰਚ ਕੇ ਕਰਦੇ ਹਾਂ। ਕੱਲ੍ਹ ਦੀ ਜਿਹੜੀ ਆ ਸਾਨੂੰ ਪਾਰਟੀਕੁਲਰ ਉਸੇ 'ਤੇ ਇਹ ਇਨਫੋਰਮੇਸ਼ਨ ਸੀ ਅਤੇ ਉਸੇ 'ਤੇ ਕੰਮ ਹੋਇਆ ਸੀ। ਉਸ ਇਨਵੈਸਟੀਗੇਸ਼ਨ ਦੌਰਾਨ ਸਾਰਾ ਦੇਖਾਂਗੇ ਜੀ, ਪਾਸਪੋਰਟ ਵਗੈਰਾ ਹਲੇ